हेलो, मेरा नाम चौधरी रजिंदर निजर हैगा ते मैं पंडोरी निजरां दा जट हैगा। जिन्ना चिर तुसी ब्रह्म के बेटे नहीं बनते उदों तई तुसी पार ब्रह्म दे नहीं बन सकते। पार ब्रह्म दे बनने लई शब्द पछाणना पैंदा, इसलिए बाणी च आउंदा भगत कबीर जी जुलाहे, रविदास जी चमार, सारियां दियां जातां उत्थे दर्ज करके ना दस के फिर कहिंदे ब्रह्म के बेटे शब्द पछाता, इहदे नाल ब्रह्म का बेटा बनता। जदों जात अपनी दसे, जिहड़ा अपना जात लुकोवे वह हुंदा शैतान का पुत्र, उहनूं नहीं इह समझ आउंदी बाणी। तो इस करके अपनी जात ना छुपाओ, कई अपना गोत नहीं लिखते। मगर सिंह, सिंह जिहड़ा हैगा इह तां हैगा सरनेम हैगा सिंघां दा। सिंह उदों बनदे सी जदों उहनां ने अपने गले कटाए सीगे स्टेज ते, पंजां दे सिर ते स्टेज ते सिर कट्टे सी उहनां ने, धड़ नालों अलहदा कीते सी। फिर एक दा धड़ ते दूजे दा सिर सीता सीगा, यानी कि जदों अकाल पुरख नूं अपना तुसीं दे दिओ, अपना अपनी तन दे दिओ, तिन हैगे ना, धन मन ते तन। धन जिहड़ा देईदा माँ प्यो ते पंडित नूं देईदा, मन देईदा सतगुरु नूं, तन देईदा सच्चे पातशाह नूं। जदों अपना तन दे दिता सच्चे पातशाह नूं, फिर वापस नहीं लै जाइए घर नूं। इसलिए उत्थे गधा कीता सी खड़ा, उहदे ते शेर की खल पाई सी। तो हिणकिया दे कहिंदे इह की जी, कहिंदे एक दिन आऊगा जिद्दण अपने लिखणगे कलाउणगे सिंह ते कर्म होणगे गृहस्थी ते दुनियावी चीज़ां मगर पैणगे। अज जिहड़ा खालिस्तान दे मगर पए हुए ने, जिहड़े तख्त हैगे ने उह खालिस्तान हैगे ने, उत्थे तां कोई जांदा नहीं हैगा, उहनां लई रहिण लई हैगे ने। ते इस करके इह हैगे गधे खालसे, जिहड़ा अपने बिल्कुल ही अपना बी पिछों सरनेम लुको लैंदे ना, उह तां ब्रह्म के बेटे नहीं ना हैगे बिल्कुल ही। क्यों? एक तां हुंदा कंजरी दे पेड़ च हरामी पैदा होया, उहनूं तां उहदा तां सरनेम हुंदा नहीं। एक तां हुंदा ही हुंदा, उह लुको लवे, उहनूं कहिंदा सुपर बास्टर्ड फनैटिक डैवल। John 4:44 ਬਾਈਬਲ ਵਿੱਚ ਹੈਗਾ। ਜੀਜ਼ ਨੇ ਉਹਨਾਂ ਦੇ ਟੈਂਪਲ ਵਿੱਚ ਜਾ ਕੇ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਸੁਪਰ ਬਾਸਟਰਡ ਹੈਗੇ ਆ। ਤੇ ਇਹ ਜਿਹੜਾ ਨਾਮ ਹੈਗਾ ਕੌੜਾ ਹੈਗਾ, ਮੂਰਖਾਂ ਨੂੰ ਨਹੀਂ, ਇਹ ਮੂਰਖਾਂ ਨੂੰ ਮਿੱਠਾ ਮਿੱਠੀ ਚੀਜ਼ ਚਾਹੀਦੀ, ਮਿੱਠੀ ਖਾਲਿਸਤਾਨ ਬਣਨਾ ਯਾ ਬਣ ਜਾਣਾ ਹੈਗਾ। ਸਿੱਖ ਕੌਮ ਦਾ ਪ੍ਰਚਾਰ ਕਰ ਜਾਂਦੇ ਗੁਰਦੁਆਰੇ 'ਚ, ਤੁਹਾਨੂੰ ਸੁਪਰ ਬਾਸਟਰਡ ਬਣਾ ਜਾਂਦੇ ਨੇ ਤੇ ਤੁਸੀਂ ਉਹਨਾਂ ਨੂੰ ਪੈਸੇ ਦਿੰਦੇ ਆ। ਤੇ ਇਹ ਹੈਗੀ ਸਿੱਖੀ ਤੁਹਾਡੀ, ਜਿੰਨਾ ਚਿਰ ਤੁਸੀਂ ਸਿੱਖ ਨਹੀਂ ਬਣਦੇ ਉਦੋਂ ਤੇ ਖਾਲਸੇ ਨਹੀਂ ਬਣ ਸਕਦੇ, ਨਾ ਨਿਰਮਲ ਸੱਤ ਬਣ ਸਕਦੇ ਆ। ਇੱਥੇ ਮੈਂ ਕਰਨ ਲੱਗਾ ਬਾਣੀ ਦੀ ਵਿਆਖਿਆ, ਤੇ ਸਲੋਕ ਹੈਗੇ ਨੇ ਸਤਿਗੁਰੂ ਰਾਮਦਾਸ ਜੀ ਦੇ। ਜਿਹੜੇ ਸਤਿਗੁਰੂ ਰਾਮਦਾਸ ਜੀ ਸੀਗੇ ਉਹ ਸੀਲਡ ਟੂ ਸਰਵ ਗੋਡ ਸੀਗੇ, ਯਾਨੀ ਕਿ ਉਹ ਅਕਾਲ ਪੁਰਖ ਦੇ ਗੁਰਮੁਖ ਸਿੱਖ। ਇਹ ਜਿਹੜਾ ਨਾ ਆਪਣੇ ਸਤਿਗੁਰੂ ਆਹ ਜਿਹੜੀ ਟ੍ਰਿਨਿਟੀ ਮੈਂ ਬਣਾਈ ਹੈਗੀ ਨਾ, ਤੇ ਇਹਦੇ 'ਤੇ ਸਾਰਾ ਕੁਝ ਦੱਸਿਆ ਹੈਗਾ। ਇਹ ਤੁਹਾਨੂੰ ਉੱਥੇ ਮਿਲ ਜਾਏਗੀ ਆਪਣੇ ਮੇਰੇ ਡਿਸਕ੍ਰਿਪਸ਼ਨ ਵਿੱਚ। ਆਹ ਜਿਹੜੀ ਟ੍ਰਿਨਿਟੀ ਹੈਗੀ ਨਾ ਇਹ ਡਿਸਕ੍ਰਿਪਸ਼ਨ ਵਿੱਚ ਮਿਲ ਜਾਏਗੀ, ਤੇ ਇਹਦੇ 'ਚ ਸਾਰਿਆਂ ਦੱਸਿਆ ਵੀ ਕਈ ਸਤਿਗੁਰੂਆਂ ਦੇ ਕੀ ਕੀ ਕੰਮ ਸੀਗੇ। ਤੇ ਸਤਿਗੁਰੂ ਜਿਹੜੇ ਸੀਗੇ ਰਾਮਦਾਸ ਜੀ ਇਹ ਇੱਥੇ ਦੇ ਸੀਗੇ, ਇੱਥੇ ਨਾਲੇ ਬੋਲਦੇ ਤੇ ਨਾਲੇ ਸੁਣਦੇ। ਆਹ ਜਿਹੜਾ ਹੁੰਦਾ ਸਨਮੁੱਖ ਹੈਗਾ, ਇਹ ਹੁੰਦਾ ਬੇਮੁੱਖ। ਤੇ ਆਹ ਜਿਹੜਾ ਪਹੁੰਚਿਆ ਹੁੰਦਾ ਚੌਥੀ ਬਿਰਤੀ ਦਾ, ਇਹ ਹੁੰਦਾ ਹੈਗਾ ਚਿੱਤ ਬਿਰਤੀ ਦਾ। ਸਤਿਗੁਰੂ ਅਰਜਨ ਦੇਵ ਜੀ ਇਸ ਬਿਰਤੀ ਦੇ ਸਨ, ਸਤਿਗੁਰੂ ਰਾਮਦਾਸ ਜੀ ਜਿਹੜੇ ਸੀਗੇ ਇਸ ਬਿਰਤੀ ਦੇ ਸਨ। ਦਰਵਾਜ਼ੇ ਮੋੜੇ ਖੜੇ ਨੇ ਅਕਾਲ ਪੁਰਖ ਦੇ ਤੇ ਉਹ ਪੁਕਾਰਦੇ ਨੇ, ਉਹਦੇ ਗੁਣ ਗੁਣ ਗਾਉਂਦੇ ਨੇ। ਤੇ ਜਿੱਦਾਂ ਸਤਿਗੁਰੂ ਅਰਜਨ ਦੇਵ ਜੀ ਗਏ ਸੀ ਨਾ, ਉਹਦੇ ਕਿਹੜੇ ਆਪਣੇ ਉਹਦਾ ਪੁੱਤਰ ਸੀਗਾ, ਤੇ ਉਹਦੇ ਦਰਵਾਜ਼ੇ ਮੂਹਰੇ ਜਾ ਕੇ ਨਾ ਉਹਨੂੰ ਕਹਿੰਦੇ ਵੀ ਤੂੰ ਤਾਂ ਬਹੁਤ ਦਿਆਲ ਹੈਗਾ। ਤੇ ਉਹਨੇ ਫਿਰ ਉਹ ਕਿਤਾਬਾਂ ਦੇ ਦਿੱਤੀਆਂ ਸੀ। ਤੇ ਮੇਰਾ ਹੁਣ ਹੈਗਾ ਨਾ ਵੀ ਉਮਰ ਕਾਫੀ ਹੋ ਗਈ ਤਾਂ ਭੁੱਲ ਜਾਂਦਾ ਮੇਰੀ ਨੌ। ਤੇ ਇੱਦਾਂ ਹੈਗਾ ਅਕਾਲ ਪੁਰਖ ਦੇ ਮੋਹਰੇ ਸਤਿਗੁਰੂ
ਰਾਮਦਾਸ ਜੀ ਖੜੇ ਨੇ ਤੇ ਉਹ ਕੁੰਡਾ ਖੜਕਾਉਂਦੇ ਨੇ ਵੀ ਸਾਨੂੰ ਵੀ ਉੱਪਰ ਲੈ ਜਾ, ਘਰ ਖੋਲ ਦਰਵਾਜ਼ਾ ਤੇ ਅੰਦਰ ਚਲੀਏ। ਉਹ ਫਿਰ ਗੁਣ ਗਾਉਂਦੇ ਨੇ ਉਹਦਾ, ਇਹ ਸੀਲ ਟੂ ਸਰਵ ਗੋਡ ਹੈਗੇ ਨੇ ਇਹਨਾਂ ਦਾ, ਇਹ ਰਾਮ ਦੇ ਦਾਸ ਹੈਗੇ ਨੇ, ਸੇਵਾਦਾਰ, ਰਾਮ ਜਿਹੜਾ ਅੰਦਰ ਰਮ ਰਿਹਾ। ਤੇ ਇਹ ਹੈਗੇ ਇਹਨਾਂ ਦੇ ਜੇਸਰੀ ਮਹੱਲਾ ਚੌਥਾ ਘਰ ਦੂਜਾ, ਹਰ ਇੱਕ ਓਂਕਾਰ ਸਤ ਗੁਰ ਪ੍ਰਸਾਦ। ਸਤ ਦਾ ਜਿਹਨੂੰ ਗੁਰ, ਗੁਰ ਹੁੰਦਾ ਢੰਗ, ਲੋਜੀਕਲ ਰੀਜਨਿੰਗ, ਪ੍ਰਸਾਦ ਹੈਗਾ ਤੱਤ ਮੋਲ। ਹਰ ਹਰ ਸਿਮਰੋ ਅਗਮ ਅਪਾਰਾ, ਹਰ ਹਰ ਨਾਂ ਸਿਮਰੋ, ਉਹਦਾ ਨਾਮ ਬੜਾ ਉੱਚਾ ਹੈਗਾ, ਅਗਮ ਅਪਾਰਾ, ਉਹਦੇ ਤੋਂ ਉੱਚਾ ਕੋਈ ਨਹੀਂ ਹੈਗਾ ਸਿਮਰਨ ਵਾਲਾ। ਜਿਸ ਸਿਮਰਤ ਦੁੱਖ ਮਿਟੇ ਹਮਾਰਾ, ਜਿਹਦੇ ਸਿਮਰਨ ਨਾਲ ਸਾਡਾ ਦੁੱਖ ਹਟ ਜਾਂਦਾ ਹੈਗਾ। ਜਿਹੜਾ ਗੁਰਮੁਖ ਹੁੰਦਾ ਉਹ ਅਕਾਲ ਪੁਰਖ ਦੇ ਗੁਣ ਗਾਉਂਦਾ ਹੈਗਾ, ਉਹ ਦੁਨੀਆਂ ਦੇ ਜਿਹੜੇ ਨਾ ਦੁੱਖ ਵਗੈਰਾ ਭੁੱਲ ਜਾਂਦਾ ਹੈਗਾ। ਉਹਦੇ ਜਿਹੜਾ ਹੱਥ ਹੈਗਾ ਅਕਾਲ ਪੁਰਖ ਦਾ ਉੱਪਰ ਹੈਗਾ, ਜੇ ਤੁਸੀਂ ਉਹਦਾ ਕੰਮ ਕਰੋਗੇ ਉਹਦਾ ਹੱਥ ਉੱਪਰ ਹੋਏਗਾ, ਜੇ ਸ਼ੈਤਾਨ ਦਾ ਕਰੋਗੇ ਸ਼ੈਤਾਨ ਦਾ ਹੱਥ ਉੱਪਰ ਹੋਏਗਾ। ਹਰ ਹਰ ਸਤਿਗੁਰ ਪੁਰਖ ਮਿਲਾਵੇ, ਹਰ ਹਰ ਸਤਿਗੁਰੂ ਸਤਿਗੁਰ ਪੁਰਖ ਮਿਲਾਵੇ। ਸਤਿਗੁਰ ਜਿਹੜਾ ਪੁਰਖ ਹੈਗਾ, ਸਤ ਹੈਗਾ ਨਾ, ਸਤ ਪੁਰਖ ਜੇ ਜਾਣਿਆ ਸਤਿਗੁਰੂ ਤਿਸ ਕਰ ਨਾਉ, ਇਹ ਹੈਗਾ ਉਹ ਹੈਗਾ ਸਤਿਪੁਰਖ, ਉਹਦਾ ਹੈਗਾ ਜਿਹੜਾ ਨਾ ਸਤਿਗੁਰ ਪੁਰਖ, ਇਹ ਉਹ ਸਤਿਗੁਰ ਹੈਗਾ। ਸਤਿਪੁਰਖ ਜਿਨ ਜਾਣਿਆ ਇਹ ਸਤਿਪੁਰਖ ਹੈਗਾ। ਸਤਿਪੁਰਖ ਮਿਲਾਵਾ ਗੁਰ ਮਿਲਾਈਏ, ਮਿਲੀਏ ਸੁਖ ਹੋਏ ਰਾਮ। ਸਤਿਗੁਰ ਦਾ ਜਿਹੜਾ ਮਿਲਾਵਾ ਹੁੰਦਾ ਗੁਰ ਨਾਲ ਮਿਲਦਾ ਢੰਗ ਨਾਲ, ਲੋਜੀਕਲ ਰੀਜਨਿੰਗ ਨਾਲ। ਫਿਰ ਬਾਣੀ ਸਮਝਦੀ ਲੋਜੀਕਲ ਰੀਜਨਿੰਗ ਦਾ ਤੱਤ ਮੈਨੂੰ ਕਹੀਦਾ ਲੋਗੋ, ਲੋਗੋ ਹੈਗਾ ਹਿਜ ਵਰਡ, ਉਹਦੇ ਨਾਲ ਮਿਲਾਵਾ ਹੁੰਦਾ ਤਾਂ ਤਦ ਜਿਹੜਾ ਸੁੱਖ ਮਿਲਦਾ ਹੈਗਾ, ਯਾਨੀ ਕਿ ਚੈਨ ਮਿਲਦੀ ਆਦਮੀ ਨੂੰ। ਹਰ ਗੁਣ ਗਾਵੋ ਮੀਤ ਹਮਾਰੇ, ਉਹ ਆਪਣੇ ਇਹ ਹੈਗੀ ਸੰਗਤ ਜਿਹੜੀ ਸਤਿਗੁਰੂ ਰਾਮਦਾਸ ਜੀ ਕਰਦੇ ਨੇ, ਸਾਧ ਸੰਗਤ ਕਰਦੇ ਨੇ, ਯਾਨੀ ਗੁਰਮੁਖਾਂ ਦੀ ਸੰਗਤ, ਮਨਮੁਖ ਨਹੀਂ। ਮਨਮੁਖ ਦਾ ਸਾਫ ਹੀ ਸਤਿਗੁਰੂ ਅਮਰਦੇਵ ਜੀ ਨੇ ਦੁਬਦਾ ਭੰਨੀ ਨਾ, ਉਹਦੇ 'ਚ ਉਹਨਾਂ ਦੇ ਮਨਮੁਖ ਵੀ ਸੀਗੇ ਅਤੇ ਗੁਰਮੁਖ ਸਿੱਖ ਵੀ ਸਨ। ਅਤੇ ਇੱਥੇ ਹੈਗੇ ਗੁਰਮੁਖਾਂ ਨੂੰ ਹੈਗਾ ਇਹੋ ਸਾਰਾ ਉਪਦੇਸ਼। ਹਰ ਗੁਣ ਗਾਵੋ ਮੀਤ ਹਮਾਰੇ, ਉਹ ਸਾਡੇ ਮੀਤ ਹੈ ਜਿਹੜੇ ਆਪਣੇ ਰਲ ਮਿਲ ਕੇ ਸੀ ਉਹਦੇ ਗੁਣ ਗਾਉਂਦੇ ਹਾਂ। ਹਰ ਹਰ ਨਾਮ ਰੱਖੋ ਉਰਧਾਰੇ, ਉਹਦਾ ਨਾਮ ਜਿਹੜਾ ਉਹ ਦਿਲ 'ਚ ਰੱਖੋ, ਮਾਇਆ ਦਾ ਮੋਹ ਛੱਡੋ, ਕਾਮ ਕਰੋ ਲੋਭ ਮੋਹ ਮਕਾਰ ਛੱਡੋ। ਹਰ ਹਰ ਅੰਮ੍ਰਿਤ ਬਚਨ ਸੁਣਾਵੋ, ਗੁਰ ਮਿਲੀਏ ਪ੍ਰਗਟ ਹੋਈ ਰਾਮ। ਕਹਿੰਦੇ ਵੀ ਉਹ ਹੈਗਾ ਹਰ ਹਰ ਅੰਮ੍ਰਿਤ ਬਚਨ, ਉਹਦੇ ਸੁਣਾਓ, ਕਿੱਦਾਂ ਸੁਣਾਓ, ਗੁਰ ਮਿਲੀਏ ਪ੍ਰਗਟ ਹੋਏ ਹੋਈ ਰਾਮ। ਗੁਰ ਹੈਗਾ ਢੰਗ, ਲੋਜੀਕਲ ਰੀਜਨਿੰਗ, ਜੇ ਤੁਹਾਨੂੰ ਲੋਜੀਕਲ ਰੀਜਨਿੰਗ ਆਉਂਦੀ ਹੈਗੀ, ਜਾਂ ਗੁਰ ਜਿਹੜਾ ਦਿੱਤਾ ਨਾ ਸਤਿਗੁਰੂ ਨਾਨਕ ਦੇਵ ਜੀ, ਜੇ ਉਹ ਗੁਰ ਪਤਾ ਹੈਗਾ, ਯਾਨੀ ਕਿ ਮੂਲ ਮੰਤਰ ਦੀ ਪਹਿਲੀ ਜਿਹੜੀ ਨਾ ਹੈਗੀ ਸਟੈਂਜ਼ਾ, ਸੋਚਿਆ ਸੋਚਣਾ ਜੇ ਸੋਚੀ ਲਿਖਵਾਰ, ਇਹ ਜੇ ਕਿਸੇ ਸਮਝ ਆ ਜਾਏ ਨਾ, ਇਹ ਸਾਰਾ ਬਾਣੀ ਸਮਝ ਆ ਜਾਏਗੀ। ਸੁਣੀਏ ਗੁਰ ਮਿਲੀਏ ਪ੍ਰਗਟ ਹੋਈ ਰਾਮ, ਫਿਰ ਪ੍ਰਗਟ ਹੁੰਦਿਆ ਬਾਣੀ। ਮਧੋ ਸੂਦਨ ਹਰ ਮਾਧੋ ਪ੍ਰਾਣ, ਅੱਛਾ ਮਧੋ ਸੂਦਨ, ਮਧੋ ਹੈਗੀ ਮਾਂ ਧੋ ਤੇ ਮਾਇਆ ਦਾ ਪਤੀ, ਜਾਣੀ ਆ ਮਧੋ ਸੂਦਨ ਜਿਹੜੇ ਆ ਸਾਰੇ ਹੈਗੇ ਨਾ, ਤੁਹਾਨੂੰ ਨਜ਼ਰ ਆਉਂਦੀ ਚੀਜ਼ ਅੱਖਾਂ ਦੋ ਅੱਖਾਂ, ਇਹ ਹੈਗੀ ਬ੍ਰਹਮਾ ਦੀ। ਤੇ ਜਦੋਂ ਇਹ ਤੁਹਾਨੂੰ ਇਹਦੇ 'ਚ ਜਿਹੜੀ ਜਾਨ ਹੈਗੀ ਨਾ, ਜਿਹੜੀ ਹੈਗੀ ਮਧੋ ਸੂਦਨ ਦੀ, ਇਹਦੇ ਜਿਹੜੀ ਜਾਨ ਹੈਗੀ ਨਾ ਉਹ ਅਕਾਲ ਪੁਰਖ ਦੀ ਹੈਗੀ। ਮਧੋ ਸੂਦਨ ਹਰ ਮਾਧੋ ਪ੍ਰਾਣ, ਉਹ ਹੈਗਾ ਵਾਰਿਕ 'ਚ ਉਹਦਾ ਹੀ ਪ੍ਰਾਣ ਹੈਗਾ ਅਕਾਲ ਪੁਰਖ ਦਾ। ਮੇਰੇ ਮਨ ਤਨ ਅੰਮ੍ਰਿਤ ਮੀਠ ਲਗਾਣਾ, ਮੇਰੇ ਮਨ ਨੂੰ ਇਹ ਜਿਹੜਾ ਉਪਦੇਸ਼ ਮਨ ਨੂੰ ਹੈਗਾ ਨਾ ਬਾਣੀ ਦਾ, ਕਿ ਵੀ ਅੰਮ੍ਰਿਤ ਜਿਹੜਾ ਉਹ ਮਿੱਠਾ ਲਗਾ, ਤੂੰ ਉਹਨੂੰ ਕੌੜਾ ਨਾ ਸਮਝ, ਉਹਨੂੰ ਤੂੰ ਪਿਆਰ ਕਰ ਤੇ ਬੋਲ। ਹਰ ਹਰ ਦਇਆ ਕਰੇ ਗੁਰ ਮੇਲੇ ਪੁਰਖ ਨਿਰੰਜਨ ਸੋਈ ਰਾਮ। ਹਰ ਹਰ
ਦਇਆ, ਜੇ ਹਰ ਹਰ ਅਕਾਲ ਪੁਰਖ ਦਇਆ ਕਰੇ, ਉਹਦੀ ਮਿਹਰ ਹੋਵੇ, ਕਰੇ ਗੁਰ ਮਿਲਿਆ, ਗੁਰੂ ਗੁਰੂ ਜਿਹੜਾ ਨਾ, ਜਿਹੜਾ ਲੌਜੀਕਲੀ ਜਿਹਦਾ ਢੰਗ ਹੈਗਾ, ਉਹ ਫਿਰ ਮਿਲ ਕੇ ਉਹ ਮਿਲਦਾ, ਤਦ ਉਹਦੇ ਕਿਰਪਾ ਨਾਲ ਤਦ ਤੁਹਾਡੇ ਸ਼ਕਤੀ ਆਉਂਦੀ ਲੌਜੀਕਲ ਰੀਜਨਿੰਗ ਕਰਨ ਦੀ। ਮਿਲੇ ਪੁਰਖ ਨਿਰੰਜਨ ਸੋਈ ਰਾਮ, ਜਿਹੜਾ ਉਸ ਲੌਜੀਕਲ ਰੀਜਨਿੰਗ ਨਾਲ ਆਪਾਂ ਨੂੰ ਮਿਲਦਾ ਨਾ, ਉਹੀ ਜਿਹੜਾ ਲੋਗੋ ਹੈਗਾ ਜਿਹਨੂੰ ਹਿਜ ਵਰਡ ਕਹਿੰਦੇ, ਉਹੀ ਹੈਗਾ ਸੋਈ ਰਾਮ ਹੈਗਾ, ਉਹੀ ਨਿਰੰਜਨ ਹੈਗਾ ਜਿਹੜਾ ਮਾਇਆ ਤੋਂ ਰਹਿਤ ਹੈਗਾ। ਹਰ ਹਰ ਨਾਮ ਸਦਾ ਸੁਖਦਾਤਾ, ਹਰ ਰਾਮ ਦਾ ਹਮੇਸ਼ਾ ਸੁੱਖ ਮਿਲਦਾ ਹੈ। ਹਰ ਕੇ ਰੰਗ ਮੇਰਾ ਮਨ ਰਾਤਾ, ਜਿਹੜਾ ਰੰਗ ਹੈਗਾ ਨਾ, ਇਹਨੂੰ ਮਨ ਨੂੰ ਚਾੜਨਾ, ਮਾਇਆ ਤੇ ਨਹੀਂ ਚਾੜਨਾ, ਦੁਬਧਾ ਚ ਮਨ ਹੁੰਦਾ ਨਾ, ਜੇ ਤਾਂ ਉਹ ਮਾਇਆ ਵੱਲ ਚਲਾ ਗਿਆ ਤਾਂ ਲੋਕਾਂ ਨੂੰ ਠੱਗਣ ਲੱਗ ਪਿਆ। ਇਹ ਰੰਗ ਉਹਦਾ ਚੜਾਉਣਾ ਜਾਂ ਲਾਲ ਚਲੂਲਾ। ਮਨ ਰਾਤਾ ਹਰ ਹਰ ਮਹਾਂ ਪੁਰਖ ਗੁਰਮੇਲੇ, ਗੁਰੂ ਨਾਨਕ ਨਾਮ ਸੁਖ ਹੋਈ ਰਾਮ। ਹਰ ਹਰ ਮਹਾਂਪੁਰਖ, ਮਹਾਂਪੁਰਖ ਸਤਿਪੁਰਖ ਜਿਨ ਜਾਣਿਆ ਸਤਿਗੁਰੂ ਤਿਸ ਕਰ ਨਾਉ, ਉਹ ਸਤਿਪੁਰਖ ਜਿਹੜਾ ਹੈਗਾ ਉਹ ਮਿਲਦਾ ਹੈਗਾ ਗੁਰ ਨਾਲ, ਇਹ ਜਿਹੜੇ ਢੰਗ ਨਾਲ। ਗੁਰ ਨਾਨਕ, ਜਿਹੜਾ ਨਾਨਕ ਨੇ ਗੁਰ ਦਿੱਤਾ ਹੈਗਾ, ਜਿਹੜਾ ਢੰਗ ਦਿੱਤਾ ਹੈਗਾ, ਪਹਿਲੀ ਪੌੜੀ ਜਿਹੜੀ ਨਾ ਮੂਲ ਮੰਤਰ, ਉਹ ਢੰਗ ਹੈਗਾ ਨਾ ਸਾਰਾ। ਗੁਰੂ ਨਾਨਕ ਨਾਮ ਸੁਖ ਹੋਈ ਰਾਮ, ਉਹਦੇ ਗੁਰ ਨਾਲ, ਜਿਹੜਾ ਜਿੱਦਾਂ ਹੁੰਦਾ ਨਾ ਆਪਾਂ ਟੀਚਰ ਦੇ ਜਾਈਦਾ, ਉਹ ਫਿਰ ਕੈਮਿਸਟਰੀ ਜਾਂ ਮੈਥਮੈਟਿਕਸ ਦਾ ਹੁੰਦਾ, ਉਹ ਤੁਹਾਨੂੰ ਫਿਰ ਫਾਰਮੂਲਾ ਦੱਸਦਾ ਵੀ ਆਹ ਸਵਾਲ ਇੱਦਾਂ ਕੱਢਣਾ, ਆਹ ਇੱਦਾਂ ਕੱਢਣਾ ਹੈਗਾ। ਇੱਦਾਂ ਹੀ ਸਤਿਗੁਰੂ ਨਾਨਕ ਦੇਵ ਜੀ ਨੇ ਜਿਹੜਾ ਗੁਰ ਦਿੱਤਾ ਨਾ ਫਾਰਮੂਲਾ, ਉਹ ਦਿੱਤਾ ਹੈਗਾ ਅਕਾਲ ਪੁਰਖ ਦੇ ਸਮਝਣ ਲਈ। ਜੇ ਉਹ ਤੁਸੀਂ ਫਾਰਮੂਲਾ ਤੁਹਾਡੇ ਪੱਲੇ ਪੈ ਗਿਆ, ਉਹ ਮਿਲਦਾ ਹੈਗਾ ਅਕਾਲ ਪੁਰਖ ਦੀ ਦਇਆ ਨਾਲ, ਜਿਹਨੂੰ ਉਹ ਦੇਵੇ ਉਹੀ ਪਾਵੇ। ਉਹਨੂੰ ਜੇ ਤੁਸੀਂ ਵਰਤੋਗੇ ਨਾ ਫਾਰਮੂਲੇ ਨੂੰ, ਤੁਸੀਂ ਅਕਾਲ ਪੁਰਖ ਨਾਲ ਮਿਲ ਜਾਓਗੇ ਤੇ ਤੁਹਾਨੂੰ ਸੁਖੀ ਹੋਵੋਗੇ। ਫਿਰ ਤੁਸੀਂ ਬਾਣੀ ਉਚਾਰੋਗੇ ਜਿੱਦਾਂ ਸਤਿਗੁਰੂ ਰਾਮਦਾਸ ਜੀ ਨੇ ਉਚਾਰੀ ਹੈਗੀ, ਜਿਹੜੀ ਕਿ ਉਹਨੂੰ ਬੇਨਤੀ ਕਰਦੀ ਵੀ ਸਾਨੂੰ ਆਪਣੇ ਨਾਲ ਮਿਲਾ ਲਾ। ਇਹ ਹੈਗੀ ਇਹਦੀ ਵਿਆਖਿਆ, ਬਾਕੀ ਬਹੁਤ ਕੀਤੀਆਂ ਮੈਂ ਵਿਆਖਿਆ। ਇਹਦੇ ਜਿਹੜਾ ਨਾ ਇਹ ਹਮੇਸ਼ਾ ਤੁਸੀਂ ਆਪਣੇ ਨਾ ਧਿਆਨ ਨਾਲ ਸੋਚੋ, ਤੇ ਨਾਲੇ ਜਿੱਥੇ ਗੁਰਦੁਆਰਾ ਜਿਹੜਾ ਹੈਗਾ, ਗੁਰਦੁਆਰੇ ਨਾਂ ਇਸੇ ਕਰਕੇ ਹੈਗਾ ਜਿੱਥੇ ਗੁਰ ਹੈਗਾ ਲੌਜੀਕਲ ਰੀਜਨਿੰਗ ਢੰਗ, ਦੁਆਰਾ ਹੈਗਾ ਉਹ ਘਰ ਜਿੱਥੇ ਲੌਜੀਕਲ ਰੀਜਨਿੰਗ ਹੁੰਦੀ ਹੈਗੀ। ਇਹ ਨਹੀਂ ਕਿ ਤੁਸੀਂ ਜਾ ਕੇ ਉੱਥੇ ਕੜਾਹ ਪੂੜੀ ਖਾ ਕੇ ਤੇ ਮੁੱਛਾਂ ਨੂੰ ਵੱਟ ਦੇ ਕੇ ਤਾਂ ਆ ਜਾਓ ਘਰ ਨੂੰ, ਇਹ ਗੁਰਦੁਆਰਾ ਨਹੀਂ ਹੈਗਾ। ਆ ਜਿਹੜਾ ਇਹ ਤਾਂ ਹੈਗੇ ਨੇ ਲੋਕਾਂ ਦੇ ਹੈਗੇ ਨੇ, ਉਹ ਆਪਣੇ ਚਰਚ ਜਿਹੜੇ ਹੈਗੇ ਨੇ, ਸੋਸ਼ਲ ਮੀਟਿੰਗ ਪੁਆਇੰਟ ਹੈਗੇ ਨੇ। ਇੱਦਾਂ ਹੀ ਤੁਸੀਂ ਗੁਰਦੁਆਰੇ ਬਣਾ ਲਏ ਸੋਸ਼ਲ ਮੀਟਿੰਗ ਪੁਆਇੰਟ, ਜੇ ਕੋਈ ਸਿੱਖੋਗੇ ਨਹੀਂ ਤਾਂ ਫਿਰ ਮਾਰੇ ਜਾਓਗੇ। ਜਿੱਦਾਂ ਕਿ ਉੱਥੇ ਅਮੈਰੀਕਾ 'ਚ ਜਿਹੜੇ ਮੁਹੰਮਡਨ, ਉਹਨਾਂ ਨੇ ਵੀ ਤਾੜੀਆਂ ਰੱਖੀਆਂ, ਉਹਨਾਂ ਨੇ ਪੱਗਾਂ ਬੰਨੀਆਂ ਹੋਈਆਂ। ਇਹਨਾਂ ਜਿਹੜੇ ਲੱਗੇ ਲੋਕ ਹੈਗੇ, ਉਹਨਾਂ ਨੂੰ ਕੀ ਪਤਾ ਤੁਸੀਂ ਮੁਹੰਮਡਨ ਹੈ ਕਿ ਸਿੱਖ ਹੈਗੇ ਆ। ਸਿੱਖ ਹੁੰਦਾ ਜੇ ਕੋਈ ਬੋਲੇ ਮੂੰਹ 'ਚ ਸੱਚ, ਅਤੇ ਇਸ ਕਰਕੇ ਜਿਹੜੇ ਹੈਗੇ ਨਾ ਸਤਿਗੁਰੂ ਜੀਜ਼, ਸਤਿਗੁਰੂ ਨੂੰ ਕ੍ਰਾਈਸਟ ਕਹੀਦਾ ਨਾ, ਸਤਿਗੁਰੂ ਜੀਜ਼ ਜਿਹੜਾ ਪਹਿਲਾ ਸਤਿਗੁਰੂ ਸੀਗਾ ਦੁਨੀਆ 'ਚ ਆਇਆ, ਇਹ ਛੋਟਾ ਸੀਗਾ। ਆਪਣਾ ਜਿਹੜਾ ਸਤਿਗੁਰੂ ਨਾਨਕ ਦੇਵ ਜੀ ਹੈਗੇ, ਉਹ ਬਹੁਤ ਉਹ ਵੱਡੇ ਉੱਚੇ ਸੀਗੇ, ਉਹਦੇ ਤੋਂ ਵੱਡਾ ਨਹੀਂ ਕੋਈ ਵੀ ਹੈਗਾ। ਜਦੋਂ ਇਹਨਾਂ ਦੋਨਾਂ ਪੁੱਤਰਾਂ ਨੇ ਨਾ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਨਹੀਂ ਸਮਝੇ, ਫਿਰ ਅਕਾਲ ਪੁਰਖ ਖੁਦ ਆਉਂਦਾ ਹੈਗਾ ਸੱਚੇ ਪਾਤਸ਼ਾਹ ਜੀ ਦੇ ਰਾਹੀਂ। ਹਰਗੋਬਿੰਦ ਜੀ ਨੇ ਉਹਨਾਂ ਨੂੰ ਇੰਟਰੋਡਿਊਸ ਕਰਾਇਆ ਅਕਾਲ ਪੁਰਖ ਨੂੰ, ਯਾਨੀ ਪਿਤਾ ਨੂੰ, ਅਤੇ ਉਸ ਪਿਤਾ ਦੀ ਸ਼ਕਤੀ 'ਚ ਉਹਨਾਂ ਨੇ ਫਿਰ ਲੜਾਈਆਂ ਲੜੀਆਂ ਸੀ। ਪੁੱਤਰ ਨੂੰ ਨਹੀਂ ਹੱਕ ਹੈਗਾ ਕਿਸੇ ਨੂੰ ਮਾਰਨ ਦਾ, ਇਸ ਕਰਕੇ ਉਹਨਾਂ ਨੇ ਫਿਰ ਸੱਚੇ ਪਾਤਸ਼ਾਹ ਗੋਬਿੰਦ ਰਾਏ ਜੀ ਨੇ ਦੋ ਪੰਥ ਚਲਾਏ ਸੀਗੇ, ਤੀਜਾ ਅਤੇ ਚੌਥਾ। ਤੀਜਾ ਹੈਗਾ ਖਾਲਸਾ, ਚੌਥਾ ਹੈਗਾ ਨਿਰਮਲੇ ਸੰਤਾਂ ਦਾ। ਦੂਜੇ ਅਤੇ ਪਹਿਲੇ ਦਾ ਕਿਸੇ ਨੂੰ ਨਹੀਂ ਪਤਾ, ਅਤੇ ਫਿਰ ਜੇ ਪਹਿਲੀ ਜਮਾਤ ਦਾ ਨਹੀਂ ਪਤਾ, ਦੂਜੀ ਦਾ ਨਹੀਂ ਪਤਾ, ਤੀਜੀ 'ਚ ਕਿੱਦਾਂ ਚਲੇ ਜਾਓਗੇ। ਅਤੇ ਬਾਕੀ ਹੈਗਾ ਤੁਹਾਡੀ ਮਰਜ਼ੀ ਹੈ ਕਿ ਕੋਈ ਮੇਰਾ ਜੱਟ ਦਾ ਕੋਈ ਗੱਡਾ ਨਹੀਂ ਅੜਿਆ ਹੋਇਆ ਕਿ ਤੁਹਾਨੂੰ ਮੈਂ ਮਿੰਨਤਾਂ ਕਰਾਂ ਵੀ ਆਓ ਮੇਰੇ ਮਗਰ ਲੱਗੋ। ਮਗਰ ਲੱਗਦਾ ਅੰਨਾ, ਸਾਥ ਦੇਣਾ ਤਾਂ ਠੀਕ ਹੈਗਾ, ਜੇ ਨਹੀਂ ਸਾਥ ਦੇਣਾ ਤਾਂ ਤੁਹਾਡੀ ਮਰਜ਼ੀ, ਅੱਗੇ ਤੋਂ ਜੋ ਪਾਓਗੇ ਸੋ ਭਰੋਗੇ।
जो करोगे सो परोगे।